ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਇੱਕ ਬਹੁਤ ਹੀ ਖਾਸ ਟੌਪਿਕ ਵੀਜ਼ਿਆਂ ਦਾ ਦੌਰ ਹੈ ਕੈਨੇਡਾ ਤੋਂ ਤੜਾ ਤੜ ਵੀਜ਼ੇ ਆ ਰਹੇ ਨੇ ਜਿਨ੍ਹਾਂ ਨੂੰ ਉਮੀਦ ਨਹੀਂ ਸੀ ਉਹਨਾਂ ਦੇ ਵੀ ਵੀਜ਼ੇ ਆ ਰਹੇ ਨੇ ਪਰ ਵੀਜ਼ਿਆਂ ਦੇ ਇਸ ਦੌਰ ਦੇ ਵਿੱਚ ਵੀ ਜਿਨ੍ਹਾਂ ਨੂੰ ਵੀਜ਼ਾ ਨਹੀਂ ਮਿਲ ਰਿਹਾ ਉਹ ਕਿੱਥੇ ਜਾਣ ਮੈਂ ਤਾਂ ਕਹੂੰਗਾ ਉਹ ਤੁਰੰਤ ਸੰਪਰਕ ਕਰਨ ਰਿਫਿਊਜ਼ਲ ਤੋਂ ਪੀਪੀਆਰ ਦੌਣ ਦੇ ਬਾਅਦਸ਼ਾ ਧੀਰਜ ਜੀ ਸੋ ਤਿਰਸਿੰਘ ਪਨੇਕਲ ਸਾਡੇ ਨਾਲ ਮੌਜੂਦ ਨੇ ਟਾਪਿਕ ਬੜਾ ਸੀਰੀਅਸ ਹੈ ਤਿਰਜੀ ਸਸਟੀਗਾਲ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਤਿਰਜੀ ਟਾਪਿਕ ਬੜਾ ਸੀਰੀਅਸ ਹੈ ਇਹ ਵੀਜ਼ਾ ਦੇ ਦੌਰ ਚ ਵੀ ਜੇ ਕਿਸੇ ਦਾ ਵੀਜ਼ਾ ਨਹੀਂ ਆਉਂਦਾ ਤੇ ਸਟੂਡੈਂਟ ਕਰੇ ਕੀ ਫਿਰ ਹੁਣ ਕੀ ਰੀਅਪਲਾਈ ਵਾਲੀ ਆਸ ਵੀ ਖਤਮ ਹੈ ਤੇ ਬਿਲਕੁਲ ਇਹ ਸੱਚਾਈ ਹੈ ਸਰ ਆ ਪਿਛਲੇ 3 ਸਾਲ ਤੋਂ ਜਦੋਂ ਦਾ ਲਾਕਡਾਊਨ ਲੱਗਾ ਜਦੋਂ ਨੇ ਕੈਨੇਡਾ ਨੇ ਆਪਣੀ ਸ਼ਕਤੀ ਦਿਖਾਈ ਤੇ ਸਭ ਤੋਂ ਵਧੀਆ ਟਾਈਮ ਹੈ ਤੇ ਕਹੂੰਗਾ ਕਿ ਇੰਨਾ ਵੀਜ਼ਾ ਆ ਗਿਆ ਲੈ ਸਾਡਾ ਨਹੀਂ ਓਵਰਆਲ ਹੀ ਬੜਾ ਪਿਕਚਰ ਦੇ ਵਿੱਚ ਵੀਜ਼ਾ ਆਇਆ ਬਟ ਮੈਂ ਫੇਰ ਵੀ ਉਹਨਾਂ ਬੱਚਿਆਂ ਦੀ ਗੱਲ ਕਰੂੰਗਾ ਕਿਉਂਕਿ ਯੈਸ ਜੇ ਮੈਂ ਕਹੂੰਗਾ 100% ਤਾਂ ਕਦੇ ਵੀ ਨਹੀਂ ਬਟ ਫੇਰ ਵੀ ਕਈ ਬੱਚੇ ਜਿਹਦਾ ਹੁਣ ਸਾਰੀ ਦਿੱਲੀ ਦੀ ਰੁਟੀਨ ਆ ਬੱਚੇ ਜਦੋਂ ਆ ਕੇ ਮਿਲਦੇ ਆ ਬੱਚੇ ਨਾ ਰਹੇ ਵੀ ਹੈਗੇ ਆ ਜਾਂ ਬੱਚੇ ਹਰੇ ਡਰ ਰਹੇ ਆ ਅਪਲਾਈ ਕਰਾਣਾ ਕਰਾ ਖਾਸ ਕਰਕੇ ਮੈਂ ਉਹਨਾਂ ਦੀ ਗੱਲ ਕਰੂੰਗਾ ਜਿਹੜਾ ਇਸ ਵਧੀਆ ਸਮੇਂ ਦੇ ਵਿੱਚ ਵੀ ਰਹੇ ਤੇ ਕਿਤੇ ਨਾ ਕਿਤੇ ਸਰ ਮੈਨੂੰ ਵੀ ਲੱਗਣ ਲੱਗ ਪਿਆ ਸੀ ਜੇ ਇਸ ਵਧੀਆ ਸਮੇਂ ਦੇ ਵਿੱਚ ਸਟੂਡੈਂਟ ਦਾ ਵੀਜ਼ਾ ਨਹੀਂ ਆਇਆ ਨਾ ਫਰਕੋ ਦਾ ਵੀਜ਼ਾ ਆਉਣਾ ਖਾਸ ਤੌਰ ਤੇ ਮੈਚ ਵਾਲੇ ਬੱਚੇ ਨਹੀਂ ਕਹੂੰਗਾ हां ਪੀਟੀਐਲ ਨੇ ਤਾਂ ਧੱਕਾ ਜਰੂਰ ਹੋਇਆ ਪੀਆਰ ਪੀਟੀਆਰ ਹੀ ਨਿਕਲੇ ਪਰ ਮੈਂ ਗੱਲ ਕਰੂੰਗਾ ਅੱਜ ਆਸ ਵਾਲੇ ਦੇ ਬੱਚਿਆਂ ਦੇ ਐਸ ਤੌਰ ਦੇ ਵਿੱਚ 17 18 19 ਪਾਸ ਆਊਟ ਗੈਪ ਵਾਲੇ ਬੱਚੇ ਅੱਜ ਅਜੇ ਤਾਂ ਸ਼ੁਰੂ ਰਿਕਾਰਡ ਹੋ ਰਿਹਾ ਨਾ ਸੋ 2017 ਪਾਸ ਆਊਟ ਸਟੂਡੈਂਟ ਦਾ ਵੀਜ਼ਾ ਆਇਆ 52% ਮਾਰਕਸ ਇਨ ਗ੍ਰੈਜੂਏਸ਼ਨ ਦੋ ਰਿਫਿਊਜ਼ਲ ਲੱਗੀਆਂ ਹੋਇਆਂ ਸਿਰਫ ਕਰ ਲਈ ਉਹਦੀ ਫਾਈਲਿੰਗ ਕੀਤੀ ਆਜਾ 2022 ਪਾਸ ਆਊਟ ਸਟੂਡੈਂਟ ਦਾ ਵੀ ਵੀਜ਼ਾ ਆਇਆ ਦੋ ਰਿਫਿਊਜ਼ਲ ਦੇ ਬਾਅਦ 2020 ਪਾਸ ਆਊਟ ਦਾ ਵੀਜ਼ਾ ਤ Instagram ਤੇ ਤੁਸੀਂ ਜਾ ਕੇ ਦੇਖੋ ਤਿੰਨੋ ਹੀ ਪ੍ਰੋਫਾਈਲ ਕੱਠੀਆਂ ਪੈ ਚੁਕੀਆਂ ਮੈਂ ਹੁਣੀ ਹਲੇ ਚੈੱਕ ਕਰਕੇ ਹਟਿਆ ਸੀਗਾ ਥੋੜੀ ਦੇਰ ਪਹਿਲਾਂ ਤੇ ਦੌਰ ਤਾਂ ਹੈਗਾ ਚੱਲਣ ਦਾ ਵਾਧੂ ਬਟ ਮੈਂ ਅਜੇ ਇੱਕ ਨਾ ਸਲਾਹ ਦੇਣੀ ਆ ਉਹ ਬੱਚਿਆਂ ਨੂੰ ਜਿਹੜੇ ਬੱਚੇ ਐਸ ਦੌਰ ਦੇ ਵਿੱਚ ਹਜੇ ਹਿੱਸਾ ਨਹੀਂ ਬਣ ਸਕੇ ਜਾਂ ਜਿਨ੍ਹਾਂ ਨੇ ਹਜੇ ਅਪਲਾਈ ਕਰਨਾ ਕਿਸੇ ਤਰ੍ਹਾਂ ਦਾ ਕੋਈ ਡਾਕੂਮੈਂਟ ਰਹਿੰਦਾ ਅੰਦਰੋਂ ਘਬਰਾੜ ਹੋ ਰਹੀ ਕੀ ਪੜ੍ਹ ਅਸੀਂ ਕਿਤੇ ਮੌਕਾ ਨਾ ਖੁੰਝੀਏ ਲਾ ਦੀਏ ਫਾਈਲ ਬਟ ਮੈਂ ਦੁਬਾਰਾ ਕਹਾਂਗਾ ਕਾਲੀ ਨਹੀਂ ਕਰਨੀ ਅੱਜ ਹੁਣ ਤੁਹਾਡੇ ਨਾਲ ਤਿੰਨ ਚੀਜ਼ਾਂ ਡਿਸਕਸ ਕਰਨੀਆਂ ਇਹ ਤਿੰਨ ਚੀਜ਼ਾਂ ਨੂੰ ਪੂਰਾ ਜਦ ਤੱਕ ਤੁਹਾਨੂੰ ਤਿੰਨ ਕਿਉਂਗਾ ਚੌਥੀ ਵੀ ਕਹਾਂਗਾ ਕਿ ਚਾਰ ਚੀਜ਼ਾਂ ਡਿਸਕਸ ਕਰਾਂਗੇ ਜੇ ਪੂਰੀਆਂ ਨਹੀਂ ਹੁੰਦੀਆਂ ਨਾਲੋ ਫਾਈਲ ਬਟਾ ਹਜੇ ਕੋਈ ਨਹੀਂ ਸਮਾਂ ਥੋੜਾ ਠਹਿਰ ਕੇ ਲਓ ਵਧੀਆ ਹੀ ਸਮਾਂ ਰਹੇਗਾ ਕਿਉਂਕਿ ਜੇੜਾ ਬੱਚਾ ਚਾਰ ਚੀਜ਼ਾਂ ਪੂਰੀਆਂ ਕਰ ਗਿਆ ਜਦੋਂ ਮਾਜੀ ਫਾਈਲ ਲੱਗਿਓ ਵੀਜ਼ਾ ਲੈ ਕੇ ਜਾਏਗਾ ਸੋ ਇਹ ਵੀ ਜਿਹੜੇ ਬੱਚੇ ਹੋਣ ਆ ਬੈਠੋ ਪਰਿਵਾਰ ਨਾਲ ਬੈਠੋ ਸਾਡੇ ਕੋਲ ਵੀ ਆਓ ਰਾਹ ਪਾਓ ਕਮੀਆਂ ਸੁਣ ਕੇ ਜਾਓ ਸਾਡੇ ਕੋਲ ਬੜਾ ਵੱਡਾ ਔਖਾ ਕੰਮ ਹੁੰਦਾ ਕਮੀਆਂ ਤੇ ਸੁਣਨਾ ਤੇ ਕਮੀਆਂ ਤੇ ਕੰਮ ਕਰਨਾ ਕਮੀਆਂ ਸੁਣ ਕੇ ਜਾਓ ਉਹਨਾਂ ਦੇ ਕੰਮ ਕਰੋ ਜਰੂਰ ਤੁਸੀਂ ਵੀ ਇਸ ਦੌਰ ਦਾ ਹਿੱਸਾ ਬਣ ਸਕੋਗੇ ਪਹਿਲੇ ਮੁੱਦੇ ਤੇ ਆਉਣਾ ਬੜਾ ਕੋਰਸ ਨਾਲ ਕੰਪਰੋਮਾਈਜ਼ ਨਾ ਕਰੋ ਆ ਹੁਣ ਹੀ ਮੈਂ ਦੱਸ ਕੇ ਆੜਿਆ ਨਾ 17 ਪਾਸਪੋਰਟ ਕੁੜੀ ਦੋ ਵਾਰੀ ਪਹਿਲਾਂ ਰਿਫਿਊਜ਼ ਹੋਈ ਤੀਜੀ ਵਾਰੀ ਸੇਮ ਕਾਲ ਹੈ ਕੁਸ਼ਲ ਰਿਫਿਊਜ਼ ਜਿਹੜਾ ਕਿ ਅਪਲਾਈ ਕਰਕੇ ਵੀਜ਼ਾ ਆਇਆ ਮੇਰੇ ਤੋਂ ਨਹੀਂ ਦੋ ਵਾਰੀ ਰਿਫਿਊਜ਼ ਹੋਈ ਸੀ ਪੈਨੈਕਲ ਤੋਂ ਦੋ ਵਾਰੀ ਬਾਹਰੋਂ ਰਿਫਿਊਜ਼ ਹੋਈ ਸਿਰ ਅੰਬੈਸੀ ਚ ਅਸੀਂ ਏਜੰਟ ਬਣੇ ਕਾਲਜ ਵੱਲੋਂ ਉਹੀ ਸੀਗਾ 52% ਮਾਰਕਸ ਸੀਗੇ 2017 ਪਾਸਵਰਡ ਸਟੂਡੈਂਟ ਦੇ ਉਹ ਵੀਜ਼ਾਸ ਆਇਆ ਬਹੁਤ ਸਾਰੇ ਬੱਚਿਆਂ ਦੀ ਅਸੀਂ ਫਾਈਲਿੰਗ ਕਰਕੇ ਵੀਜ਼ਾਸ ਲੈ ਕੇ ਇੱਕ ਵੱਡਾ ਨੰਬਰ ਆ ਸੋ ਬlesings ਆ ਵਾਈ ਗੁਰੂ ਦੀਆਂ ਕਿ ਬੱਚੇ ਜਿਹੜੇ ਕਿ ਸਿਰੇ ਲੱਗੇ ਆ ਤੇ ਇਸੇ ਲਈ ਬੱਚਾ ਨਾ ਕਹੂੰਗਾ ਕੋਰਸ ਨਾਲ ਕੰਪਰੋਮਾਈਜ਼ ਨਹੀਂ ਕਰਨਾ ਜੇ ਤੁਹਾਡਾ ਕੋਰਸ ਸਹੀ ਹੈ ਤੇ ਪੈਨੈਕਲ ਬਿਲਕੁਲ ਤੁਹਾਡੇ ਨਾਲ ਉੱਥੇ ਵੀ ਖੜੇਗਾ ਦੂਜੀ ਚੀਜ਼ ਜਿਹੜੀ ਹੈਗੀ ਐ ਐਸਓਪੀ ਆ ਲਾਈਟਲੀ ਆ ਗਈ ਪਿਛਲੇ ਸਮੇਂ ਦੇ ਵਿੱਚ ਸਰ ਨੂੰ ਵੀ ਇਸੇ ਮੱਦੇ ਸਰ ਦੇ ਨਾਲ ਜਿਹੜਾ ਅਸੀਂ ਪਹਿਲੇ ਸੀਗੇ ਮੈਂ ਏਸੀ ਤੋਂ ਰੱਬ ਤੋਂ ਡਰ ਕੇ ਕਹਿੰਦਾ ਕਿ ਜਦੋਂ ਐਸਓਪੀ ਦੀ ਤਵੱਜ ਨੂੰ ਇਸ ਮੰਚ ਤੇ ਦੱਸਿਆ ਗਿਆ ਸੀ ਅੱਜ ਤੋਂ 2.5 ਸਾਲ ਪਹਿਲਾਂ ਕਿ ਯਸ ਐਸਓਪੀ ਲਾਅ ਫਾਈਲਾਂ ਤੇ ਵੀਜ਼ੇ ਆਣਗੇ ਬਟ ਉਦੋਂ ਵੀ ਬੜਾ ਲਾਈਟਲੀ ਲੇਗਾ ਬੜਾ ਨੁਕਸਾਨ ਆਇਆ ਮਾਰਕੀਟ ਜੋ ਬੱਚਿਆਂ ਨੂੰ ਵੀ ਪਤਾ ਜਿਹੜੀਆਂ 4 4 5 5 6 6 7 7 ਰਿਫਿਊਜ਼ ਹੋ ਗਈਆਂ ਤਾਂ ਹੀ ਲਗੀਆਂ ਐਸੇ ਗੱਲ ਕਰਕੇ ਸੋ ਐਸਓਪੀ ਨੂੰ ਦੁਬਾਰਾ ਕਹੂੰਗਾ ਲਾਈਟਲੀ ਨਹੀਂ ਲੈਣਾ ਆਪਣੀ ਐਸਓਪੀ ਦੇ ਵਿੱਚ ਹਰ ਚੀਜ਼ ਕਲੀਅਰ ਕਰੋ ਇਹ ਕੋਰਸ ਕਿਉਂ ਲਿਆ ਇਹੀ ਵਾਲਾ ਕੋਰਸ ਕਿਉਂ ਲਿਆ ਉੱਥੇ ਕੀ ਬੈਨੇਫਿਟ ਇੰਡੀਆ 'ਚ ਕੀ ਬੈਨੇਫਿਟ ਆਏਗਾ ਫਾਈਨੈਂਸ਼ੀਅਲਸ ਆਪਣੇ ਸਾਰੀ ਚੀਜ਼ਾਂ ਨੂੰ ਦੱਸੋ ਕਿ ਮੇਰਾ ਕਿੱਦਾਂ ਜਿਹੜੇ ਮੈਂ ਫਾਈਨੈਂਸ਼ੀਅਲਸ ਅਫੋਰਡ ਕਰੂੰਗਾ ਉੱਥੇ ਅਗਲੇ ਸਾਲ ਦੀਆਂ ਫੀਸਾਂ ਕਿੱਦਾਂ ਕੱਢੂੰਗਾ ਕਰੀਅਰ ਦੇ ਵਿੱਚ ਮੈਨੂੰ ਬੈਨੇਫਿਟ ਕੀ ਹੋਊਗਾ ਇੰਡੀਆ ਵਾਪਸ ਕਿਉਂ ਹੋਊਗਾ ਛੋਟੀ ਤੋਂ ਛੋਟੀ ਗੱਲ ਐਸਓਪੀ ਇੱਕ ਮੌਕਾ ਵਾ ਤੁਹਾਨੂੰ ਆਪਣੀ ਗੱਲ ਰੱਖੰਦਾ ਜੇ ਫਾਈਲਾਂ 'ਚ ਕਮੀਆਂ ਗੈਪ ਹੈਗਾ ਨੰਬਰ ਘਟਾ ਉਹ ਵੀ ਉਹਦੇ ਰੀਜ਼ਨਸ ਨੂੰ ਆਪਣੀ ਐਸਓਪ ਤੀਸਰੀ ਚੀਜ਼ ਫਾਈਨੈਂਸ਼ੀਅਲਸ ਬੜਾ ਇਹ ਬੜਾ ਵੱਡਾ ਜਿਹੜਾ ਕਿ ਮੈਂ ਕਹੂੰਗਾ ਇਹ ਤੇ ਕੁਐਸਚਨ ਮਾਰਕ ਹੈਗਾ ਬੱਚੇ ਕਈ ਵਾਰੀ ਕਮੈਂਟ ਮਾਰਦੇ ਨੇ ਮੈਂ ਤਾਂ ਲਾਇ ਨਹੀਂ ਸੀ ਮੇਰਾ ਵੀਜ਼ਾ ਆ ਗਿਆ ਬੜਾ ਮੈਂ ਮੈਂ ਗੱਲ ਕਰਦਾ ਓਵਰਆਲ ਪਿਕਚਰ ਦੀ ਇੱਕ ਕੇਸ ਦੀ ਨਹੀਂ ਗੱਲ ਕਰਦਾ ਜ਼ਿੰਦਗੀ ਚੱਲ ਤੈਨੂੰ ਟਿਪ ਦਿੰਦਾ ਹਮੇਸ਼ਾ ਉਸ ਬੰਦੇ ਤੋਂ ਸਿੱਖੋ ਜਿਨੇ ਧੱਕੇ ਖਾਦੇ ਮਾਰ ਖਾਦੀ ਜਿਹੜਾ ਆਪ ਖਰਾਬ ਹੋਇਆ ਸਾਡੇ ਕੋਲ ਕਿਰਪਾ ਵਾਹਿਗੁਰੂ ਦੀ ਜਿਆਦਾਤਰ ਉਦੋਂ ਬੱਚੇ ਆਉਂਦੇ ਜਦੋਂ ਮਾਰਕੀਟ ਵਿੱਚ ਬਾਧੂ ਖਰਾਬ ਹੋ ਚੁੱਕੇ ਉਮੀਦ ਛੱਡ ਜਾਂਦੇ ਨੇ ਸੋ ਸਾਡਾ ਉਹ ਤਜਰਬਾ ਉਹ ਵਾ ਕਿ ਸਾਡਾ ਸਾਨੂੰ ਮੈਂ ਤਾਂ ਹਮੇਸ਼ਾ ਕਹਿੰਦਾ ਬੱਚੇ ਸਿਖਾ ਕੇ ਜਾਂਦੇ ਆ ਜੇ ਬੱਚਿਆਂ ਦੇ ਕਰਕੇ ਹੀ ਆ ਕਿ ਡੇ ਬਾਈ ਡੇ ਇੰਪਰੂਵਮੈਂਟ ਆ ਡੇ ਬਾਈ ਡੇ ਜਿਹੜੀਆਂ ਕੇਸਸ ਦੀਆਂ ਜਿਹੜੀਆਂ ਸਕਸੈਸ ਤੋਂ ਜਿਹੜਾ ਡੇਲੀ ਵਧ ਰਿਹਾ ਕਿਉਂਕਿ ਬੱਚੇ ਜਦੋਂ ਸਿਖਾਉਂਦੇ ਕਿ ਆ ਗਲਤੀ ਕੀਤੀ ਆ ਤੇ ਬਿਲਕੁਲ ਅਸੀਂ ਉਹਨਾਂ ਤੋਂ ਸਿੱਖਦੇ ਆਂ ਆਪ ਵੀ ਇੰਪਲੀਮੈਂਟ ਕਰਦੇ ਤੇ ਤੁਹਾਨੂੰ ਵੀ ਇਹਨਾਂ ਮੱਚਦੇ ਅਸੀਂ ਦੱਸਦੇ ਆਂ ਸੋ ਫਾਈਨੈਂਸ਼ੀਅਲ ਓਵਰਆਲ ਪਿਕਚਰ ਦੀ ਗੱਲ ਕਰੂੰਗਾ ਫਾਇਦਾ ਵਾ ਨੁਕਸਾਨ ਦੇ ਚਾਂਸਸ ਹੋਣ ਦੇ ਘੱਟ ਨਹੀਂ ਬਟ ਦੂਜੀ ਗੱਲ ਆ ਜਿਹੜਾ ਵਿਆਜ ਦੀ ਈਮਾਰ ਹੈਗੀ ਆ ਅੱਜ ਇੱਕ ਮੈਨੂੰ ਬੱਚਾ ਮਿਲ ਕੇ ਗਿਆ ਪੀਟੀ ਦੇ ਫਾਈਲ ਲਈ ਆ 24 ਘੰਟੇ ਚ ਰਿਫਿਊਜ਼ ਹੋਈ ਆ 6 ਮਹੀਨੇ ਫੰਡ ਵਿਚਾਰਾ ਪੁਰਾਣਾ ਕਰਦਾ ਰਹਿ ਗਿਆ ਬੜਾ ਦੁੱਖ ਲੱਗਾ ਕਿਉਂਕਿ ਕਿਸੇ ਲਈ 10000 ਕੁਝ ਨਹੀਂ ਕਿਸੇ ਲਈ 10000 ਬਹੁਤ ਆ ਬਟ ਚਲੋ ਉਹਦੇ ਤੇ ਲੱਖਾਂ ਚੀ ਨੁਕਸਾਨ ਹੋ ਗਿਆ ਫੰਡਿੰਗ ਸ਼ੋ ਕਰਾਉਣ ਨੂੰ ਜਿਹੜਾ ਤੁਸੀਂ ਇਸ ਸੀਜ਼ਨ ਥੋੜਾ ਜਿਹਾ ਮੱਧੇ ਨਜ਼ਰ ਆਦਣਾ ਸਮਾਰਟਲੀ ਮੂਵ ਕਰਨਾ ਵੀਜ਼ਾ ਵਿਜ਼ਨ ਉਹ ਚੀਜ਼ਾਂ ਦਿਖਾਉਣੀ ਆ ਜੋ ਦੇਖਣਾ ਚਾਹੁੰਦੇ ਆ 6-6 ਮਹੀਨੇ ਪੁਰਾਣੀ ਫੰਡਿੰਗ ਕਰਕੇ ਵਿਆਜ ਦੇ ਕੇ ਕੁਝ ਨਹੀਂ ਬਚਣਾ ਫਾਈਨੈਂਸਰਾਂ ਨੇ ਤਾਂ ਪਹਿਲੀ ਤਰੀਕ ਨੂੰ ਪੈਸੇ ਲੈ ਲੈਣੇ ਆ ਜਿਹੜੇ ਤੁਹਾਡੇ ਏਜੰਟਾਂ ਨੇ ਲੈਣਾ ਪਹਿਲੀ ਤਰੀਕ ਨੂੰ ਕਰਾ ਲੈ ਲੈਣੇ ਆ ਤੇ ਅੱਜ ਦੱਸ ਦਵਾਂ ਅਸੀਂ ਬਿਲਕੁਲ ਨਹੀਂ ਕਰਾਉਂਦੇ ਨਾ ਅਸੀਂ ਇਹਨਾਂ ਦੀ ਬਿਲਕੁਲ ਬੱਚਿਆਂ ਦੀ ਕਮਾਈ ਕਰ ਕਹੀ ਤਾਂ ਹੁੰਦਾ ਨਾ ਜੀ ਮੈਂ ਕਰਾਉਂਗਾ ਮੈਂ ਵਿੱਚੋਂ ਕਮਾਈ ਖਾਣੀ ਤਾਂ ਅਸੀਂ ਬਿਲਕੁਲ ਨਹੀਂ ਸਿਰਫ ਬੱਚੇ ਨੂੰ ਕਹਿੰਦੇ ਬਟਾ ਕਰਾ ਕੇ ਆ ਘੱਟ ਤੋਂ ਘੱਟ ਜਿੱਦਾਂ ਵੀ ਤੇਰਾ ਸਰ ਜਿੰਨਾ ਲਗਭਗ 1 ਸਾਲ ਦਾ ਤੁਹਾਡਾ ਖਰਚਾ ਹੋਇਆ ਉਹਨੇ ਹੀ ਦਿਖਾ ਦਿਓ ਤਾਂ ਜਿਹੜਾ ਕਿ ਆ ਬੈਨੀਫਿਟ ਮਿਲੇਗਾ ਇੱਥੇ ਮੈਂ ਨਾਲ ਇੱਕ ਚੀਜ਼ ਐਡ ਆਨ ਕਰ ਦਵਾਂ ਆ ਯੂਨੀਵਰਸਿਟੀਆਂ ਦੇ ਵਿੱਚੋਂ ਖਾਸ ਕਰਕੇ ਯੂਨੀਵਰਸਿਟੀ ਚ ਅਪਲਾਈ ਕਰਕੇ 4 ਸਾਲ ਦੀ ਡਿਗਰੀ ਕਰਕੇ ਮੇਰਾ ਵੀਜ਼ਾ ਇੱਕ ਬੜਾ ਤਕੜਾ ਵੱਡਾ ਮੈਥਿਆ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਉੱਠ ਕੇ 2 ਸਾਲ ਦੇ ਡਿਪਲੋਮੇ ਚ ਵੀ 3 ਸਾਲ ਦੇ ਐਡਵਾਂਸ ਡਿਪਲੋਮੇ ਚ ਵੀ ਤੁਸੀਂ ਵੀਜ਼ੇ ਦੀ ਉਮੀਦ ਕਰ ਸਕਦੇ ਆ ਆ ਜਿਹੜੀਆਂ ਤੁਹਾਡੇ ਨਾਲ ਗੱਲਾਂ ਕੀਤੀਆਂ ਨਾ ਸਹੀ ਕੋਰਸ ਸਹੀ ਐਸਓਪੀ ਸਹੀ ਫਾਈਨੈਂਸ਼ੀਅਲ ਵੀਜ਼ਾ ਬਚਾ ਕੱਟ ਲੈਂਦਾ ਚੌਥੀ ਇੰਪੋਰਟੈਂਟ ਚੀ ਕੜਾ ਸੱਚ ਬੋਲਣ ਲੱਗਾ ਕਿਉਂਕਿ ਕਈਆਂ ਦਾ ਨਹੀਂ ਲੱਗਾ ਉਹਨਾਂ ਨੂੰ ਲੱਗਦਾ ਹਣਾ ਯਾਰ ਕੀ ਗੱਲਾਂ ਕਰਦੇ ਵੀਜ਼ਾ ਇਹਦਾ ਸਭ ਕੁਝ ਸਾਡੇ ਲਈ ਸਭ ਕੁਝ ਆ ਨਹੀਂ ਵੀਜ਼ਾ ਸਭ ਕੁਝ ਨਹੀਂ ਆ ਵੀਜ਼ਾ ਪਾਸਪੋਰਟ ਤੇ ਸਟੈਂਪ ਲੱਗ ਗਈ ਬੱਚਾ ਟਰੈਵਲ ਕੀਤਾ ਕਿੱਥੇ ਗਿਆ ਵੀਜ਼ਾ ਅਲਮਾਰੀ ਦੇ ਵਿੱਚ ਹੁਣ ਹੋਣੀ ਜ਼ਿੰਦਗੀ ਨਵੀਂ ਸਟਾਰਟ ਉਹ ਵਾਲੇ ਡਿਸੀਜਨ ਜਿਹੜੇ ਮੈਂ ਇਨੀਸ਼ੀਅਲ ਸਟੇਜ ਤੇ ਲਏ ਆ ਹੁਣ ਉਹਦੇ ਮੈਨੂੰ ਕੌਨਸੀਕਵੈਂਸ ਫੇਸ ਕਰਨੇ ਪੈਣੇ ਆ ਤੇ ਮੈਂ ਪੇਰੈਂਟਸ ਨੂੰ ਸਪੈਸ਼ਲੀ ਕਹਾਂਗਾ ਕਰੀਅਰ ਕਾਉਂਸਲਿੰਗ ਜ਼ਰੂਰ ਲਾਓ ਆਪਣੇ ਬੱਚਿਆਂ ਨੂੰ ਰਾਹ ਪਾਓ ਆਪਣੇ ਬੱਚਿਆਂ ਦੇ ਡਾਊਟ ਕਲੀਅਰ ਕਰੋ ਕਿ ਉਹਨਾਂ ਦੇ 3-4 ਜਾਂ ਘੱਟੋ-ਘੱਟ 5 ਸਾਲ ਦਾ ਗੈਪ 5 ਸਾਲ ਦਾ ਕਵਰ ਅੱਗੇ ਫਿਊਚਰ ਦੇ ਵਿੱਚ ਕੀ ਉਹਨਾਂ ਦਾ ਜ਼ਿੰਦਗੀ ਹੋਗੀ ਇਹ ਉਹ ਗੱਲ ਕਰ ਰਹੇ ਆ ਜਿਹੜੀ ਕਿ ਨਹੀਂ ਸੁਣਨਾ ਚਾਹੁੰਦਾ ਬਟ ਇਹ ਉਹ ਗੱਲ ਆ ਜਿਹੜੀ ਤੁਹਾਡੇ ਬੱਚੇ ਨੂੰ ਭੀੜ ਤੋਂ ਲਾਗੇ ਕਰੇਗੀ ਤੇ ਜਿਹੜੀ ਕਿ ਇਹ ਉਹ ਗੱਲ ਹੈਗੀ ਆ ਕਿ ਅੱਜ ਮੈਂ ਪੇਰੈਂਟਸ ਨੂੰ ਵੀ ਇਹ ਸਵਾਲ ਪੁੱਛਣਾ ਕਿ ਤੁਸੀਂ ਐਸ ਉਮਰ ਪੜ ਸਕਦੇ ਆ ਤੇ ਜ਼ਿਆਦਾਤਰ 99 ਪੇਰੈਂਟਸ ਦਾ ਸਵਾਲ ਜਿਹੜਾ ਜਵਾਬ ਹੋਣਾ ਕਿ ਨਹੀਂ ਹੁਣ ਨਹੀਂ ਜੀ ਹੁਣ ਤਾਂ ਔਖਾ ਹੁੰਦਾ ਰਜੇਮਿਆਂ ਚ ਜਿਹੜੇ ਫਸੇ ਆ ਤੇ ਬਿਲਕੁਲ ਸਚਾਈ ਵੀ ਐ ਸੋ ਇਹ ਤੁਹਾਡੇ ਬੱਚਿਆਂ ਦੀ ਪੜਨ ਦੀ ਉਮਰ ਆ ਪੈਸਾ ਕਮਾਉਣ ਨੂੰ ساری ਉਮਰ ਪਈ ਆ ਸੋ ਕਿ ਜਿਹੜੀ ਐ ਕਿ ਪੜਾਈ ਹੀ ਆ ਜਿਹੜੀ ਐ ਕਿ ਉਹਨਾਂ ਨੂੰ ਭੀੜ ਤੋਂ ਲੱਗ ਕਰੇਗੀ ਸੋ ਇਹ ਪੜਨ ਦੀ ਉਮਰ ਆ ਫੋਕਸ ਕਰਾਓ ਉਹਨਾਂ ਤੇ ਉਹਨਾਂ ਦੀ ਕੈਰੀਅਰ ਕਾਉਨਸਲਿੰਗ ਕਰਾਓ ਸਹੀ ਕਾਲਜ ਕੋਰਸ ਦੇ ਵਿੱਚ ਐਡਮਿਸ਼ਨ ਲੈ ਕੇ ਜਾਣ ਵੀਜ਼ਾ ਜ਼ੇਲੈਂਡ ਪੜਾਈ ਖਤਮ ਕਰਨ ਆਪਣੇ ਲਾਈਵ ਆਪਣੇ ਤੁਹਾਡਾ ਪੇਰੈਂਟਸ ਦਾ ਨਾਮ ਆਪਣੀ ਕਮਿਊਨਿਟੀ ਦਾ ਨਾਮ ਆਪਣੇ ਪਿੰਡਾਂ ਸ਼ਹਿਰਾਂ ਦਾ ਨਾਮ ਤਾਂ ਹੀ ਰੋਸ਼ਨ ਹੋਊਗਾ ਜੇ ਕੋਈ ਭੀੜ ਤੋਂ ਲੱਗ ਹੋਣਗੇ ਸੋ ਇਹ ਚੀਜ਼ ਨੇ ਇੰਪੋਰਟੈਂਟ ਸ਼ੁਰੂ ਤੋਂ ਸੋ ਆ ਚਾਰ ਚੀਜ਼ਾਂ ਵਾਂ ਜਿਹੜੀਆਂ ਤੁਹਾਨੂੰ ਚਾਹੇ ਔਖਾ ਦੌਰ ਵੀ ਆ ਜਾਵੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਉਦੋਂ ਵੀ ਤਾਂ ਬੱਚਿਆਂ ਨੇ ਵੀਜ਼ਾਸ ਲੈਏ ਨਾ ਵੀਕ ਪ੍ਰੋਫਾਈਲਸ ਨੇ ਲੈਏ ਨਾ ਵੀਜ਼ਾ ਸੋ ਇਹ ਚਾਰ ਚੀਜ਼ਾਂ ਜੇ ਜਦੋਂ ਆਪਾਂ ਕੰਮ ਕਰ ਗਏ ਸਟੂਡੈਂਟ ਵੀਜ਼ਾ ਲੈ ਗਿਆ ਤੇ ਮੋਸਟ ਇੰਪੋਰਟੈਂਟ ਜਿਹੜੀ ਲਾਸਟ ਵਾਲੀ ਆਪਾਂ ਡਿਸਕਸ਼ਨ ਕੀਤੀ ਕੈਰੀਅਰ ਕਾਉਂਸਲਿੰਗ ਉਹਨੇ ਸਾਰਾ ਗੋਚ ਹੀ ਪੂਰਾ ਕਰ ਦੇਣਾ ਤੁਹਾਡਾ ਕੀ ਤੁਹਾਡਾ ਕੋਰਸ ਦਾ ਤੁਹਾਡੀ ਐਸਓਪੀ ਦਾ ਇੰਪੋਰਟੈਂਸ ਆ ਵਾਟਸਐਪਰ ਹਰ ਚੀਜ਼ ਹੀ ਪੂਰੀ ਕਰ ਦੇਣੀ ਸੋ ਉਹਨੂੰ ਤਵੱਜੋ ਦਿਓ ਤੇ ਬਿਲਕੁਲ ਤੁਸੀਂ ਚਾਹੇ ਔਖਾ ਦੌਰ ਵੀ ਹੋਵੇ ਆਹੜਾ ਵਧੀਆ ਦੌਰ ਦੇ ਵਿੱਚ ਵੀ ਜਿਹੜੇ ਬੱਚੇ ਨਹੀਂ ਕਾਮਯਾਬ ਹੋ ਪਏ ਜਰੂਰ ਕੈਨੇਡਾ ਦੇ ਵਧੀਆ ਦੌਰ ਦਾ ਹਿੱਸਾ ਬਣਨਗੇ ਬਿਲਕੁਲ ਜੀ 85578 85578 ਇਸ ਨੰਬਰ ਤੇ ਸੰਪਰਕ ਕਰਨਾ ਹੈ ਔਰ ਤੀਰਤ ਜੀ ਨੂੰ ਪਰਸਨਲੀ ਮਿਲਣਾ ਹੈ ਥੈਂਕ ਯੂ ਸੋ ਮਚ ਤੀਰਤ